ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਲੋ ਦੋਸਤੋ ਹਾਜ਼ਰਾ ਸੀਬੀਆ ਅੱਜ ਫੇਰ ਲੈ ਕੇ ਆਸਤੇ ਤੁਹਾਡੇ ਵਾਸਤੇ ਤਾਜ਼ਾ ਅਪਡੇਟ ਯੂਰਪ ਦੀਆਂ ਇਟਲੀ ਦੀਆਂ ਤੇ ਹੋਰ ਆਸ-ਪਾਸੇ ਦੀਆਂ ਅਪਡੇਟ ਅੱਜ ਹੋ ਗਈ ਹੈ 19 ਜੂਨ ਦਿਨ ਐਤਵਾਰ ਤੇ ਹਾਜ਼ਰਾ ਤੁਹਾਡੇ ਵਾਸਤੇ ਲੈ ਕੇ ਅੱਜ ਦੀ ਵੀਡੀਓ ਤੇ ਵੀਡੀਓ ਦੇ ਜਾਣ ਤੋਂ ਪਹਿਲਾਂ ਦੋਸਤ ਜਿਹੜੇ ਮੇਰੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਘੰਟੀ ਵਾਲੇ ਬਟਨ ਨੂੰ ਆਲ ਤੇ ਕਰ ਲਿਓ ਕਲਿੱਕ ਤਾਂ ਕਿ ਡੇਲੀ ਦੀ ਆਉਣ ਵਾਲੀ ਅਪਡੇਟ ਇਮੀਗ੍ਰੇਸ਼ਨ ਦੀ ਤੇ ਹੋਰ ਨਵੀਆਂ ਤਾਜ਼ੀਆਂ ਖਬਰਾਂ ਇਟਲੀ ਯੂਰਪ ਦੇ ਨਾਲ ਤੁਹਾਡੇ ਤੱਕ ਪਹਿਲਾਂ ਪਹੁੰਚ ਸਕਣ ਤੇ ਗੱਲ ਕਰਦੇ ਆਂ ਦੋਸਤੋ ਵੀ ਜਿਹੜੇ ਮੇਰੇ ਵੀਰ ਇਹਨਾਂ ਹਸਤਾਤ ਸਾਰਿਆਂ ਦੀਆਂ ਛੁੱਟੀਆਂ ਦੇ ਵਿੱਚ ਇਟਲੀ ਵਾਲੇ ਵੀਰਾਂ ਵਾਸਤੇ ਆ ਹਸਤਾਤਿਆਂ ਦੀਆਂ ਛੁੱਟੀਆਂ ਦੇ ਵਿੱਚ ਪ੍ਰੋਗਰਾਮ ਬਣਾ ਰਹੇ ਆਂ ਇੰਡੀਆ ਜਾਣ ਦਾ ਜਾਂ ਕਿਤੇ ਵੀ ਜਾਣ ਦਾ ਬੱਚਿਆਂ ਨੂੰ ਭੇਜਣ ਦਾ ਇੰਡੀਆ ਤਾਂ ਤੁਹਾਨੂੰ ਪਤਾ ਹੀ ਆ ਵੀ ਅੱਜਕੱਲ ਜਿਹੜੀ 에ਅਰਲਾਈਨਾਂ ਕਿੰਨੀਆਂ ਖਰਾਬ ਕਰ ਲੀਆਂ ਡੇਲੀ ਵਾਂਗੂ ਕਿਤੇ ਕਿਸੇ ਦੀ ਹੜਤਾਲ ਕਦੇ ਕਿਸੇ ਦੀ ਹੜਤਾਲ ਤੇ ਤੁਸੀਂ ਵਧੀਆ ਟਿਕਟਾਂ ਤੇ ਵਧੀਆ 에ਅਰਲਾਈਨ ਦੀ ਜਿਹੜੀ ਚੰਗੀ ਇਨਫੋਰਮੇਸ਼ਨ ਲੈਣ ਵਾਸਤੇ ਨੰਬਰ ਕਰ ਲਓ ਨੋਟ 399 290 5685 ਫਿਰ ਦੱਸਾਂ 399 290 5685 ਇਹ ਨੰਬਰ ਹੈਗਾ ਬੇਦੀ ਭਾਈ ਦਾ ਨੰਬਰ ਹੈ ਜਿਹੜੇ ਤਲਗਾਤੇ ਵਾਲੇ ਆ ਇਹਨਾਂ ਦੀ ਪੂਰੀ ਜ਼ਿੰਮੇਵਾਰੀ ਹੈ ਦੋਸਤੋ 에ਅਰਲਾਈਨ ਦੀ ਪੂਰੀ ਜ਼ਿੰਮੇਵਾਰੀ ਬਾਕੀ ਟਿਕਟ ਦੀ ਪੂਰੀ ਜ਼ਿੰਮੇਵਾਰੀ ਸਾਰੀ ਜ਼ਿੰਮੇਵਾਰੀ ਇਹਨਾਂ ਦੀ ਆ ਬੇ ਫਿਕਰ ਹੋ ਕੇ ਟਿਕਟ ਲਓ ਤੇ ਆਪਣਾ ਛੁੱਟੀਆਂ ਮਨਾਓ ਤੇ ਚੱਲਦੇ ਆਂ ਵੀਡੀਓ ਤੇ ਵੀਡੀਓ ਤੇ ਪਹਿਲਾਂ ਤਾਂ ਗੱਲ ਕਰਦੇ ਆਂ ਇਮੀਗ੍ਰੇਸ਼ਨ ਦੀ ਇਮੀਗ੍ਰੇਸ਼ਨ ਜਿਹੜੇ ਮੇਰੇ ਵੀਰ ਪੁੱਛ ਰਹੇ ਸੀਗੇ ਪਿੱਛੇ ਪਿਛਲੀ ਕੱਲ੍ਹ ਵਾਲੀ ਵੀਡੀਓ ਚ ਮੈਂ ਤੁਹਾਨੂੰ ਦੱਸਿਆ ਸੀ ਵੀ ਜਿਹੜੇ ਮੇਰੇ ਵੀਰਾਂ ਦੇ ਜਿੱਥੋਂ ਨੂਲੇ ਉਸ ਤੇ ਨਿਕਲੇ ਸੀ ਤੇ ਅੱਜ ਫੇਰ ਥੋੜੀ ਜੀ ਹੋਰ ਅਪਡੇਟ ਆਈ ਆ ਅਪਡੇਟ ਅੱਜ ਫੇਰ ਖਬਰ ਆਈ ਆ ਇੱਕ ਮੇਰੇ ਵੀਰ ਦਾ ਆਇਆ ਕੰਸੈਂਸਾ ਤੋਂ ਉਹਦਾ 27 ਜਨਵਰੀ ਦੇ ਪੇਪਰ ਫੈਲ ਹੋਏ ਸੀ 9 ਵਜੇ ਤੇ 7 ਸੈਕਿੰਡ ਦੇ ਉਹਦੇ ਵੀਰ ਦਾ ਨਾਮ ਹੈਗਾ ਸ਼ਾਹਿਦ ਅਲੀ ਉਨੇ ਆਪ ਨੂੰ ਇਨਫੋਰਮੇਸ਼ਨ ਦਿੱਤੀ ਆ ਅਲੀ ਬਾਈ ਨੇ ਤੇ ਦੂਜਾ ਆ ਵਰੋਂਨਾ ਤੋਂ ਵਰੋਂਨਾ ਤੋਂ ਅਪਡੇਟ ਆ ਰਹੀ ਆ 1 ਫਰਵਰੀ ਨੂੰ ਪੇਪਰ ਫਿਲ ਹੋਏ ਸੀਗੇ 10 ਵਜੇ ਕੇ ਤੇ 24 ਮਿੰਟ ਤੇ 8 ਸੈਕਿੰਡ ਗੁਰਪ੍ਰੀਤ ਵੀਰ ਦੇ ਉਹਦੇ ਨੂੰ ਲੈ ਉਸਤੇ ਦੀ ਮੇਲ ਆ ਗਈ ਆ ਕਲੈਕਟ ਕਰਨ ਵਾਸਤੇ ਤੇ ਤੀਜਾ ਆ ਰਹੀ ਆ ਬਾਰੀ ਤੋਂ ਅਪਡੇਟ 1 ਫਰਵਰੀ ਨੂੰ ਫਿਲ ਹੋਏ ਸੀਗੇ 9 ਵਜੇ 10 ਮਿੰਟ 38 ਸੈਕਿੰਡ ਤੇ ਤੇ ਹਰਮੇਲ ਸਿੰਘ ਵੀਰ ਦਾ ਨਾਮ ਤੇ ਇਹ ਤਾਂ ਇਹਨਾਂ ਅਪਡੇਟ ਆਈਆਂ ਦੋਸਤੋ ਅੱਜ ਤੁਹਾਨੂੰ ਮੈਂ ਦੱਸਿਆ ਸੀ ਕਿ ਵੀ ਹੁਣ ਕੰਮ ਚੱਲ ਪਿਆ ਹੌਲੀ ਹੌਲੀ ਰੈਡ ਪੈਣਾ ਕੰਮ ਇਹ ਨਾਲ ਹੀ ਕਮੈਂਟਾਂ ਚ ਪੁੱਛਦੇ ਸੀਗੇ ਵੀ ਫੈਮਿਲੀ ਨੂਲੇ ਉਸਤੇ ਦੀ ਅਪਡੇਟ ਦਿਓ ਫੈਮਿਲੀ ਨੂਲੇ ਉਸਤੇ ਦੀ ਅਪਡੇਟ ਮੈਂ ਪਿੱਛੇ ਇੱਕ ਵੀਡੀਓ ਚ ਦਿੱਤੀ ਸੀਗੀ ਹੁਣ ਦੋਸਤੋ ਕੰਮ ਚੱਲ ਪਿਆ ਜਿਹੜੇ ਵੀ ਮੇਰੇ ਵੀਰਾਂ ਨੇ ਫੈਮਿਲੀ ਨੂਲੇ ਉਸਤੇ ਵੀ ਅਪਲਾਈ ਕੀਤੇ ਆ ਉਹਨਾਂ ਦੇ ਵੀ ਛੇਤੀ ਇਹਨਾਂ ਨੇ ਦੇ ਦੇਣੇ ਆ ਬਸ ਵੇਟ ਕਰ ਲਓ ਜਾਂ ਆਪਣੇ ਆਪਣੇ ਪਰਫਾ ਤੂਰੇ ਚੋਂ ਜਾ ਕੇ ਪਤਾ ਕਰ ਲਓ ਇੱਕ ਵਾਰੀ ਵੀ ਕੋਈ ਡਾਕੂਮੈਂਟ ਵਗੈਰਾ ਦੀ ਘਾਟ ਤਾਂ ਨਹੀਂ ਕੀ ਤੇ ਨਾਲ ਹੀ ਕਮੈਂਟ ਆ ਰਹੇ ਸੀਗੇ ਕਈ ਮੇਰੇ ਵੀਰਾਂ ਦੇ ਵੀ ਵੀਰ ਜੀ ਜੇ ਪੇਪਰ ਨਿਕਲੇ ਆਉਂਦੇ ਆ ਪੀਸੀਸੀ ਜਿਹੜੀ ਪੁਲਿਸ ਵੈਰੀਫਿਕੇਸ਼ਨ ਸਰਟੀਫਿਕੇਟ ਦੀ ਜਾਣਕਾਰੀ ਦਿਓ ਵੀ ਕਦੋਂ ਚਾਹੀਦਾ ਸੋ ਦੋਸਤੋ ਇੱਥੇ ਮੈਂ ਇਹ ਦੱਸ ਦਿੰਦਾ ਵੀ ਪੀਸੀਸੀ ਨਹੀਂ ਚਾਹੀਦੀ ਹੁੰਦੀ ਕਿ ਇਟਲੀ ਆਉਣ ਵਾਸਤੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਹੁੰਦਾ ਜਿਹੜਾ ਉਹਦੀ ਜਰੂਰਤ ਨਹੀਂ ਪੈਂਦੀ ਕਿ ਹਾਂ ਜੇ ਤੁਸੀਂ ਕਿਸੇ ਏਜੰਟ ਦੇ ਥਰੂ ਥਰੂ ਭਰਾਏ ਹੋ ਆ ਉਹ ਤੁਹਾਡੇ ਤੋਂ ਜਰੂਰ ਮੰਗ ਸਕਦਾ ਵੀ ਇਹ ਇਹਦੀ ਲੋੜ ਆ ਅਗੇ ਇੱਕ ਹੋਰ ਮੇਰੇ ਵੀ ਦਾ ਕਮੈਂਟ ਆਇਆ ਸੀ ਵੀ ਨਵੇਂ ਪੇਪਰਾਂ ਦੀ ਅਪਡੇਟ ਨਵੇਂ ਪੇਪਰ ਜਿਹੜੇ ਖੁੱਲਣ ਵਾਲੇ ਆ ਉਹਨਾਂ ਦੀ ਹਜੇ ਕੋਈ ਅਪਡੇਟ ਨਹੀਂ ਕਿ ਕੋਈ ਹਜੇ ਜਾਣਕਾਰੀ ਨਹੀਂ ਹਾਂ ਹੋ ਸਕਦਾ ਗਵਰਨਮੈਂਟ ਅਗਲੇ ਮਹੀਨੇ ਖੋਲ ਦੇ ਜਾਂ ਅਕਤੂਬਰ ਨਵੰਬਰ ਚ ਖੋਲ ਦੇ ਪਰ ਖੋਲੂ ਜ਼ਰੂਰ ਕਿਉਂਕਿ ਇੱਥੇ ਕਾਮਿਆਂ ਦੀ ਬਹੁਤ ਲੋੜ ਆ। ਡੇਲੀ ਬਿਆਨ ਆਉਂਦਾ ਲੂਚੀਆਂ ਨਾਲ ਦਾ ਬਈ ਲੇਬਰ ਨੂੰ ਲੈ ਕੇ ਤੇ ਛੇਤੀ ਇਹਨਾਂ ਨੇ ਜਾਰੀ ਕਰ ਦੇਣਾ ਨਵੇਂ ਕੋਟਾ ਘੱਟੋ ਘੱਟ 80000 ਤੋਂ ਲੈ ਕੇ ਲੱਖ ਬੰਦੇ ਦੇ ਆਸਤੇ ਪੇਪਰ ਹੋਰ ਖੁੱਲਣਗੇ। ਇਹ ਖੋਲੂਗੀ ਗਵਰਨਮੈਂਟ ਇਹ ਦੋਸਤੋ ਤੁਹਾਨੂੰ ਪਤਾ ਹੀ ਹੈ ਪੱਬਾਂ ਭਾਰ ਹੋਈ ਬੈਠੀ ਹੈ ਗਵਰਨਮੈਂਟ ਇਹਨਾਂ ਨੂੰ ਜਿੰਨਾ ਪੈਸਾ ਤੁਹਾਡਾ ਪੈਸਾ ਤੁਹਾਡਾ ਹੀ ਟੈਕਸ ਜਾਣਾ ਤੁਹਾਡੇ ਤੋਂ ਹੀ ਪੈਸਾ ਕਮਾਉਣਾ ਇਹਨਾਂ ਨੇ ਤੇ ਇਸ ਕਰਕੇ ਪੇਪਰ ਛੇਤੀ ਖੋਲ੍ਹ ਦਿੰਨੇ ਆ ਅਗਲੀ ਅਪਡੇਟ ਬਹੁਤ ਜ਼ਰੂਰੀ ਜਾਣਕਾਰੀ ਆ ਮੇਰੇ ਵੀਰ ਜਿਹੜੇ ਇੰਡੀਆ ਨੂੰ ਜਾ ਰਹੇ ਆ ਛੁੱਟੀਆਂ ਕੱਟਣ ਜਾ ਰਹੇ ਆ ਜਾਂ ਕਿਵੇਂ ਵੀ ਜਾ ਰਹੇ ਆ ਇਟਲੀ ਤੋਂ ਜਾ ਰਹੇ ਆ ਫਰਾਂਸ ਤੋਂ ਯੂਰਪ ਤੋਂ ਕਿਤੋਂ ਵੀ ਇੰਗਲੈਂਡ ਕੈਨੇਡਾ ਤੋਂ ਜਿਹੜੇ ਵੀ ਮੇਰੇ ਵੀਰ ਜਾ ਰਹੇ ਆ ਉਹਨਾਂ ਵਾਸਤੇ ਜ਼ਰੂਰੀ ਜਾਣਕਾਰੀ ਸਾਂਝੀ ਕਰ ਰਿਹਾ ਆ ਬਈ ਜਿਹੜੇ ਵੀ ਮੇਰੇ ਵੀਰਾਂ ਨੇ ਟਿਕਟਾਂ ਬੁੱਕ ਕਰਾ ਲਈਆਂ ਜਾਂ ਕਰਾਉਣੀਆਂ ਉਹਨਾਂ ਨੂੰ ਇੱਕ ਚੀਜ਼ ਦਾ ਖਿਆਲ ਰੱਖਣਾ ਪੈਣਾ ਜਿਹੜਾ ਅੱਜ ਕੱਲ ਜਿਹੜਾ ਅਪਡੇਟ ਆਈ ਹੈ ਅੱਜ ਹੀ ਮੇਰੇ ਕੋਲੇ ਬਈ ਆਪਣੇ ਇੰਡੀਆ 에어ਪੋਰਟ ਤੇ ਉਤਰਨ ਅਨੁਸਾਰ ਆਪਾਂ ਤੋਂ ਇੱਕ ਫਾਰਮ ਮੰਗਿਆ ਜਾਣਾ ਉੱਥੇ ਜਿਹਨੂੰ ਕਿ 에어 ਸੁਵਿਧਾ ਫਾਰਮ ਕਹਿੰਦੇ ਆ ਦੋਸਤੋ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਬਈ ਇਹ ਜ਼ਰੂਰੀ ਆ ਤੁਹਾਨੂੰ ਇਹ ਚੜਨ ਵੇਲੇ ਵੀ ਇਥੋਂ ਲੋਡ ਪੈਣੀ ਆ 에어 ਸੁਵਿਧਾ ਫਾਰਮ ਦੀ ਤੇ ਉੱਥੇ ਉਤਰਨ ਵੇਰੇ ਵੀ ਲੋਡ ਪੈਣੀ ਆ ਬਾਕੀ ਕਾਉਂਟਰਾਂ ਨੇ ਇਹ ਜਿਹੜਾ ਕਾਨੂੰਨ ਸੀਗਾ ਕੈਨਸਲ ਕਰਤਾ ਬਾਕੀ ਕੰਟਰੀ ਕੋਈ ਨਹੀਂ ਮੰਗਦਾ ਕੱਲੇ ਇੰਡੀਆ ਮੇਰਾ ਭਾਰਤ ਮਾਹਾਨ ਤੁਹਾਨੂੰ ਪਤਾ ਕੱਲੇ ਇੰਡੀਆ ਵਾਲੇ ਹੁਣ ਇਹ ਫਾਰਮ ਮੰਗਦੇ ਆ ਇਹ ਫਾਰਮ ਚ ਹੈ ਕੀ ਦੋਸਤੋ ਇਹ ਫਾਰਮ ਤੁਸੀਂ ਜਿਹੜਾ ਸਕਰੀਨ ਤੇ ਦੇਖ ਰਹੇ ਹੋ ਇਹਦੇ ਵਿੱਚ ਗਵਰਨਮੈਂਟ ਆਫ ਇੰਡੀਆ ਦਾ ਫਾਰਮ ਆ ਇਹਦੇ ਵਿੱਚ ਭਰਨਾ ਕੀ ਇਹਦੇ ਵਿੱਚ ਭਰਨਾ ਤੇ ਜਿਹੜਾ ਤੁਸੀਂ ਕੋਵਿਡ ਦਾ ਟੈਸਟ ਕਰਾਉਣਾ ਇੱਥੋਂ ਜਾਣ ਲੱਗੇ ਪੀਸੀਆਰ ਟੈਸਟ ਉਹਦੀ ਡਿਟੇਲ ਭਰਨੀ ਆ ਆਪਣੇ ਇੰਡੀਆ ਦਾ ਐਡਰੈਸ ਇੱਥੋਂ ਦਾ ਐਡਰੈਸ ਫੋਨ ਨੰਬਰ ਇੰਡੀਆ ਦਾ ਬਾਕੀ ਸਾਰੀ ਇਹ ਡਿਟੇਲ ਭਰ ਕੇ ਇਹਦੇ ਭਰਨੀ ਨਹੀਂ ਕਿ ਸੌਰੀ ਇਹਦੇ ਫਾਰਮ ਦੇ ਵਿੱਚ ਅਪਲੋਡ ਕਰਨੀ ਆ ਆਪ ਲੋਕ ਜਦੋਂ ਹੋ ਜਾਂਦੀ ਹੈ ਤੇ ਆਟੋਮੈਟਿਕ ਹੀ ਤੁਹਾਡਾ ਜਦੋਂ ਇਹ ਉੱਥੇ 바ਰ ਕੋਡ ਸਕੈਨ ਕਰਦੇ ਆ 에어ਪੋਰਟ ਤੇ ਤੁਹਾਡੀ ਸਾਰੀ ਡਿਟੇਲ ਉਹਨਾਂ ਕੋਲੇ ਪਹੁੰਚ ਜਾਂਦੀ ਹੈ। ਸੋ ਦੋਸਤੋ ਮੇਰੀ ਬੇਨਤੀ ਆ ਅਪੀਲ ਆ ਜਾਣਕਾਰੀ ਤੁਹਾਡੇ ਵਾਸਤੇ ਜਿਹੜੇ ਮੇਰੇ ਵੀਰ ਇੰਡੀਆ ਜਾਣ ਦੀ ਤਿਆਰੀ ਕਰ ਰਹੇ ਆ ਜਾਂ ਟਿਕਟਾਂ ਕਰਾ ਲੀਆਂ ਜਾਂ ਕਰਵਾਈਆਂ ਤੇ ਆਪਾ ਆਪਣੇ ਏਜੰਸੀ ਨਾਲ ਜਰੂਰ ਕੰਟੈਕਟ ਕਰਕੇ ਇਹਦੇ ਬਾਰੇ ਜਾਣਕਾਰੀ ਲਵੋ ਕਿਉਂਕਿ ਇਹ ਹੁਣ ਜਰੂਰ ਮੰਗਦੇ ਆ ਹਾਂ ਜੇ ਹੋਰ ਕਿਸੇ ਨੂੰ ਵਿਧੇਰੇ ਜਾਣਕਾਰੀ ਲੋੜ ਆ ਜਾ ਕੇ ਸਾਨੂੰ ਹੈਲਪ ਦੀ ਲੋੜ ਪੈਂਦੀ ਆ ਇਸ ਫਾਰਮ ਦੇ ਸਬੰਧ ਵਿੱਚ ਥੱਲੇ ਨੰਬਰ ਚੱਲ ਰਿਹਾ 3992905685 ਅਰਨ 베ਦੀ ਤਲਗਾ 13 ਦਾ ਨੰਬਰ ਆ ਉਹਨਾਂ ਨਾਲ ਕੰਟੈਕਟ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਮੇਰੀ ਤਾਂ ਰਹਿ ਹੈ ਇਹ ਆ ਵੀ ਇੰਡੀਆ ਜਾਣ ਵਾਸਤੇ ਟਿਕਟਾਂ ਵੀ ਇਹਨਾਂ ਕੋਲ ਕਰਵਾਓ ਕਿਉਂਕਿ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਇਹਨਾਂ ਦੀ ਪੂਰੀ ਜ਼ਿੰਮੇਵਾਰੀ ਹੈ ਇਸ ਕੰਮ ਦੀ ਇਹ ਤੋਂ ਬੰਦੇ ਨੂੰ ਚੜਨ ਤੋਂ ਲੈ ਕੇ ਉਤਰਨ ਤੱਕ ਸਾਰੀ ਜ਼ਿੰਮੇਵਾਰੀ ਇਹ ਲੈੰਦੇ ਆ ਅਗਲੀ ਅਪਡੇਟ ਅਗਲੀ ਅਪਡੇਟ ਆ ਰਹੀ ਹੈ ਦੋਸਤੋ ਭਾਈ ਜਿਹਨੇ ਖਾਣੀ ਸੀ ਕੇਲੇ ਉਹਨੂੰ ਮਿਲ ਗਈ ਕੋਕੀਨ ਤੇ ਜਿਹਨੇ ਖਾਣੀ ਸੀ ਕੋਕੀਨ ਅਤੇ ਉਹਨੂੰ ਮਿਲ ਗਏ ਕੇਲੇ ਇਹ ਅਪਡੇਟ ਖਬਰ ਆ ਰਹੀ ਹੈ ਖਬਰ ਇਹ ਇਹ ਜਿਹੜੀ ਆ ਚੈੱਕ ਰਿਪਬਲਿਕ ਤੋਂ ਆ ਰਹੀ ਆ ਚੈੱਕ ਰਿਪਬਲਿਕ ਤੋਂ ਖਬਰ ਹੈ ਚੈੱਕ ਰਿਪਬਲਿਕ ਦੇ ਵਿੱਚ ਘੱਟੋ ਘੱਟ 70 ਮਿਲੀਅਨ ਪਾਉਂਡ ਦੀ ਕੋਕੀਨ ਬਰਾਮਦ ਹੋਈ ਵੀ ਆ ਇਹ ਖਬਰ ਜਿਹੜੀ ਇੰਡੀਪੈਂਡੈਂਟ ਨਿਊਜ਼ ਮੈਂ ਤੁਹਾਨੂੰ ਅੱਜ ਸ਼ੇਅਰ ਵੀ ਕਰ ਰਿਹਾ ਇਹਨਾਂ ਦੀ ਨਿਊਜ਼ ਆ ਵੀ ਕੋਕੀਨ ਜਿਹੜੀ ਸੀਗੀ ਕੋਲੰਬੀਆ ਤੋਂ ਫਰੂਟਾਂ ਦੇ ਵਿੱਚ ਪੈਕ ਹੋ ਕੇ ਐਕਸਪੋਰਟ ਕੀਤੀ ਗਈ ਹੈ ਚੈੱਕ ਰਿਪਬਲਿਕ ਦੇ ਵਿੱਚ ਤੇ ਇਹ ਘੱਟੋ ਘੱਟ ਵੀ 1300 ਕਿਲੋ ਕੋਕੀਨ ਫਰੂਟਾਂ ਦੇ ਵਿੱਚ ਫਰੂਟ ਕਿਹੜੇ ਸੀ ਕੇਲੇ ਦੇ ਵਿੱਚ ਕੇਲੇ ਦੇ ਵਿੱਚੋਂ ਖੋਲ ਕੇਲਾ ਕੱਢ ਕੇ ਖੋਲ ਦੇ ਵਿੱਚੋਂ ਜਾਂ ਆਲੂਆਂ ਦੇ ਵਿੱਚ ਇਹਨਾਂ ਨੇ ਭਰ ਕੇ ਕੋਕੀਨ ਭੇਜੀ ਹੈ ਜਿਹਦੀ ਕਿ ਮਾਰਕੀਟ ਕੀਮਤ ਦੱਸੀ ਗਈ ਆ 70 ਮਿਲੀਅਨ ਪਾਉਂਡ ਤੇ ਇਹ ਜਦੋਂ ਮਾਰਕੀਟਾਂ ਦੇ ਵਿੱਚ ਗਲਤੀ ਨਾਲ ਕਿਤੇ ਜਿਹੜੇ ਸਮੋਲਰ ਸੀਗੇ ਉਹਨਾਂ ਤੋਂ ਗਲਤੀ ਨਾਲ ਜਿਹੜੇ ਕੈਰਟ ਸੀਗੇ ਉਹ ਚੇਂਜ ਹੋ ਗਏ ਕਿਤੇ ਸ਼ਿਪਾਂ ਦੇ ਵਿੱਚ ਜਿਹੜੇ ਕੋਕੀਨ ਵਾਲੇ ਜਾਣੇ ਸੀਗੇ ਉਧਰੋਂ ਤੇ ਉਹ ਆਗੇ ਮਾਰਕੀਟਾਂ ਦੇ ਵਿੱਚ ਮਾਰਕੀਟਾਂ ਦੇ ਵਿੱਚ ਜਦੋਂ ਚੈੱਕ ਰਿਪਬਲਿਕ ਦਾ ਸ਼ਹਿਰ ਆ ਪ੍ਰਾਗ ਪ੍ਰਾਗ ਦੀਆਂ ਜੋ ਸੁਪਰਮਾਰਕੀਟਾਂ ਦੇ ਵਿੱਚ ਇਹ ਫਰੂਟ ਆਇਆ ਤੇ ਜਿਹੜੇ ਕੰਮ ਕਰਦਾ ਸੀ ਕੰਮ ਹੈ ਉਹਨਾਂ ਨੇ ਜਦੋਂ ਖੋਲ ਕੇ ਵੇਖੇ ਉਹ ਰਹਿ ਗਏ ਹੈਰਾਨ ਉਹਨਾਂ ਨੇ ਪੁਲਿਸ ਨੂੰ ਦਿੱਤੀ ਜਾਣਕਾਰੀ ਤੇ ਪੁਲਿਸ ਨੇ ਆ ਕੇ ਸਾਰੀ ਕਾਰਵਾਈ ਇਹਦੀ ਸ਼ਾਨਵੀਨ ਸ਼ੁਰੂ ਕਰ ਦਿੱਤੀ ਆ ਤੇ ਹੁਣ ਜਿਹੜਾ ਇਹ ਕੇਸ ਆ ਜਿਹੜੀ ਦੀ ਜਾਂਚ ਕਰ ਰਿਆ ਨੈਸ਼ਨਲ ਡਰੱਗ ਕੰਟਰੋਲ ਸੈਂਟਰ ਆ ਜਿਹੜਾ ਉਹ ਇਸ ਦੀ ਪੂਰੀ ਸ਼ਾਨਵੀਨ ਕਰ ਰਿਆ ਇੱਕ ਹੋਰ ਜਾਣਕਾਰੀ ਦੋਸਤੋ ਸਾਂਝੀ ਮੈਂ ਕਰਦਾ ਤੁਹਾਡੇ ਨਾਲ ਜ਼ਰੂਰੀ ਜਾਣਕਾਰੀ ਆ ਜਿਵੇਂ ਹੁਣ ਮੇਰੇ ਵੀਰ ਕਈ ਯੂਰਪ ਦੇ ਵਿੱਚ ਆਪਣੇ ਇਟਲੀ ਦੇ ਵਿੱਚ ਜਾਂ ਹੋਰ ਵੀ ਯੂਰਪ ਦੇ ਵਿੱਚ ਨਵਾਂ ਲਾਇਸੈਂਸ ਲੈ ਲੈਂਦੇ ਆ ਤੇ ਨਵੀਂ ਗੱਡੀ ਲੈ ਲੈਂਦੇ ਆ ਉਹਨਾਂ ਮੇਰੇ ਵੀਰਾਂ ਨੂੰ ਮੂਲ ਤੇ ਵੀ ਫਿਰ ਨਵੇਂ-ਨਵੇਂ ਆਉਂਦੇ ਆ ਕਈ ਮੇਰੇ ਵੀਰ ਤਾਂ ਪਤੰਤਿਆਂ ਦੀਆਂ ਪੁੰਤੀਆਂ ਵੀ ਗਵਾ ਬੈਂਦੇ ਆ ਮੇਨ ਕਾਰਨ ਮੇਨ ਕਾਰਨ ਇਹ ਹੁੰਦਾ ਦੋਸਤੋ ਇੱਥੇ ਸੜਕਾਂ ਸਭ ਤੋਂ ਟੌਪ ਦੀਆਂ ਸੜਕਾਂ ਤੇ ਗੱਡੀਆਂ ਵੀ ਤੁਹਾਨੂੰ ਪਤਾ ਵੀ ਟੌਪ-ਟੌਪ ਦੀਆਂ ਗੱਡੀਆਂ ਜਿਨ੍ਹਾਂ ਦੇ ਵਿੱਚ ਜਦੋਂ ਬੰਦਾ ਬੈਠ ਜਾਂਦਾ ਜਹਾਜ਼ ਵਾਂਗੂੰ ਜਾਂਦੀਆਂ ਦਾ ਸਪੀਡ ਦਾ ਪਤਾ ਨਹੀਂ ਲੱਗਦਾ ਤੇ ਇਹ ਕਈ ਮੇਰੇ ਵਰਗੇ ਵੀਰ ਜਿਹੜਾ ਓਵਰ ਸਪੀਡ ਆ ਚੱਲ ਜਾਂਦੇ ਆ ਤੇ ਆਪਾਂ ਨੂੰ ਤੀਜੀ ਅੱਖ ਜਿਹੜੀ ਸਪੀਡ ਕੈਮਰੇ ਲੱਗੇ ਹੁੰਦੇ ਆ ਸੜਕਾਂ ਤੇ ਉਹਨਾਂ ਦਾ ਨਹੀਂ ਪਤਾ ਲੱਗਦਾ ਤੋ ਪਤਾ ਉਦੋਂ ਹੀ ਲੱਗਦਾ ਜਦੋਂ ਡਾਕ ਆਲਾ ਆਉਂਦਾ ਘਰੇ ਹਰੀ ਜੀ ਚਿੱਠੀ ਦੇ ਕੇ ਸਾਈਨ ਕਰਾ ਕੇ ਲੈ ਜਾਂਦਾ ਤੇ ਉਹਦੇ ਵਿੱਚ ਮੂਲਤਾ ਦਾ ਪ੍ਰਮਾਣ ਸ਼ਗਨ ਘਰੇ ਫੜਾ ਜਾਂਦਾ ਤੋ ਦੋਸਤੋ ਇੱਥੇ ਮੈਂ ਤੁਹਾਡੇ ਨਾਲ ਇੱਕ ਸਾਂਝੀ ਕਰ ਰਿਹਾ ਐਪ ਆ ਦੋਸਤੋ ਸਭ ਤੋਂ ਵਧੀਆ ਐਪ ਆ ਰਡਾਰ ਬੂਟ ਸਪੀਡ ਕੈਮਰਾ ਡੀਕੋਡਰ ਡਿਟੈਕਟਰ ਰਡਾਰ ਬੂਟ ਸਪੀਡ ਕੈਮਰਾ ਡਿਟੈਕਟਰ ਸਕ੍ਰੀਨ ਤੇ ਤੁਸੀਂ ਵੇਖ ਰਹੇ ਹੋ ਤੁਸੀਂ ਆਪੋ ਆਪਣੇ ਮੋਬਾਈਲ ਫੋਨ ਦੇ ਵਿੱਚ ਤੁਸੀਂ ਇਹ ਐਪ ਡਾਊਨਲੋਡ ਕਰ ਸਕਦੇ ਹੋ ਕਿਉਂਕਿ ਦੋਸਤੋ ਤੁਹਾਨੂੰ ਪਤਾ ਵੀ ਜਦੋਂ ਇਟਲੀ ਦੇ ਵਿੱਚ ਆਪਾਂ ਆਪਦੇ ਏਰੀਏ ਤੋਂ ਕਿਸੇ ਬਗਾਨੇ ਬਾਹਰਲੇ ਏਰੀਏ 'ਚ ਜਾਂਦੇ ਆਪ ਨੂੰ ਨਹੀਂ ਪਤਾ ਹੁੰਦਾ ਵੀ ਕਿੱਥੇ ਕੈਮਰਾ ਹੈ ਆਪਦੇ ਏਰੀਏ ਤਾਂ ਪਤਾ ਵੀ ਕੈਮਰਾ ਕਿੱਥੇ-ਕਿੱਥੇ ਚੱਲ ਬਚ ਕੇ ਲੱਗੇ ਨੇ ਜਦੋਂ ਬਾਹਰਲੇ ਏਰੀਏ ਜਾਂਦੇ ਆ ਆਪਾਂ ਨੂੰ ਕੈਮਰੇ ਦਾ ਨਹੀਂ ਪਤਾ ਹੁੰਦਾ ਵੀ ਕਿੱਥੇ-ਕਿੱਥੇ ਲੱਗੇ ਆ ਸੜਕਾਂ ਤੇ ਇਹ ਬਹੁਤ ਵਧੀਆ ਐਪ ਆ ਇਹ ਆਪਦੇ ਫੋਨ ਦੇ ਵਿੱਚ ਡਾਊਨਲੋਡ ਕਰ ਲਓ ਜਦੋਂ ਵੀ ਆਪਾਂ ਬਾਹਰ ਆਪਾਂ ਕਿਤੇ ਆਪਦੇ ਸ਼ਹਿਰ ਤੋਂ ਜਾਂ ਕਿਸੇ ਵੀ ਪਾਸੇ ਜਾ ਤੁਹਾਨੂੰ ਪਹਿਲਾਂ ਇਹ ਐਪ ਦੱਸ ਦੋਗੀ ਵੀ ਫਲਾਨੀ ਜਗ੍ਹਾ ਤੇ ਕੈਮਰਾ ਆ ਰਿਹਾ ਤੇ ਆਪਦਾ ਭਾਈ ਸੰਭਲ ਕੇ ਸੋ ਬਹੁਤ ਵਧੀਆ ਐਪ ਆ ਦੋਸਤੋ ਇਹ ਮੂਲਤਿਆਂ ਤੋਂ ਬਚਣਾ ਵਾਸਤੇ ਇਹ ਐਪ ਨੂੰ ਤੁਸੀਂ ਡਾਊਨਲੋਡ ਕਰ ਸਕਦੇ ਆ ਤੇ ਅੱਗੇ ਦੋਸਤੋ ਬਸ ਇੰਨੀ ਸੀਗੀ ਜਾਣਕਾਰੀ ਇਮੀਗ੍ਰੇਸ਼ਨ ਦੀ ਤੇ ਇਥੋਂ ਦੀਆਂ ਥੋੜੀਆਂੀਆਂ ਅਪਡੇਟ ਤੇ ਨਿਊਜ਼ ਜਾਂਦੇ ਜਾਂਦੇ ਤੁਹਾਨੂੰ ਕਰੰਸੀ ਦੇ ਰੇਟ ਸ਼ੇਅਰ ਕਰ ਦਿੰਨੇ ਆ ਕਰੰਸੀ ਦਾ ਜਿਹੜਾ ਅੱਜ ਦਾ ਰੇਟ ਆ ਇੱਕ ਯੂਰੋ ਦਾ ਰੇਟ ਚੱਲ ਰਿਹਾ ਇੰਡੀਆ ਦੇ ਮੁਕਾਬਲੇ 81 ਰੁਪਏ 82 ਪੈਸੇ ਤੇ ਪਾਕਿਸਤਾਨ ਦੇ 220 ਰੁਪਏ 7 ਪੈਸੇ ਤੇ ਕੈਨੇਡੀਅਨ ਡਾਲਰ ਚੱਲ ਰਿਹਾ ਜੀ 59 ਰੁਪਏ 70 ਪੈਸੇ ਇੰਡੀਆ ਦੇ ਤੇ 160 ਰੁਪਏ 55 ਪੈਸੇ ਪਾਕਿਸਤਾਨ ਦੇ ਜਿਹੜਾ ਡਾਲਰ ਆਸਟ੍ਰੇਲੀਆ ਦਾ 53 ਰੁਪਏ 99 ਪੈਸੇ ਇੰਡੀਆ ਦੇ ਤੇ 145 ਰੁਪਏ 23 ਪੈਸੇ ਪਾਕਿਸਤਾਨ ਦੇ ਚੱਲ ਰਿਹਾ ਤੇ ਨਿਊਜ਼ੀਲੈਂਡ ਦਾ ਡਾਲਰ ਹੈ ਦੋਸਤੋ 94 ਰੁਪਏ 16 ਪੈਸੇ ਇੰਡੀਆ ਦੇ ਤੇ 132 ਰੁਪਏ 23 ਪੈਸੇ ਪਾਕਿਸਤਾਨ ਦੇ ਮੁਕਾਬਲੇ ਤੇ ਯੂਕੇ ਦਾ ਪੌਂਡ ਆ ਦੋਸਤੋ 95 ਰੁਪਏ 30 ਪੈਸੇ ਇੰਡੀਆ ਦੇ ਤੇ 256 ਰੁਪਏ 34 ਪੈਸੇ ਪਾਕਿਸਤਾਨ ਦੇ ਤੇ ਯੂਏਈ ਦਾ ਡਾਲਰ ਹੈਗਾ 21 ਰੁਪਏ 22 ਪੈਸੇ ਇੰਡੀਆ ਦੇ ਤੇ ਪਾਕਿਸਤਾਨ ਦੇ 57 ਰੁਪਏ 8 ਪੈਸੇ ਤੇ ਅਮਰੀਕਨ ਡਾਲਰ ਦਾ ਰੇਟ ਆ 70 ਰੁਪਏ 95 ਪੈਸੇ ਤੇ 209 ਰੁਪਏ 67 ਪੈਸੇ ਇੰਡੀਆ ਦੇ ਸੋ ਦੋਸਤੋ ਇੰਨੀ ਸੀਗੀ ਅਪਡੇਟ ਬਾਕੀ ਦੋਸਤੋ ਕਰੋਨਾ ਕੇਸਾਂ ਦੀ ਕਰੋਨਾ ਕੇਸਾਂ ਦੀ ਜਾਣਕਾਰੀ ਪਹਿਲਾਂ ਆਪਾਂ ਸ਼ੇਅਰ ਕਰਦੇ ਹੁੰਦੇ ਸੀ ਵਿੱਚ ਵੀਰ ਵੀਰਾਂ ਦੇ ਮੈਸੇਜ ਆਉਣ ਲੱਗੇ ਕਿ ਭਾਜੀ ਕਰੋਨਾ ਕੇਸ ਦੀ ਜਾਣਕਾਰੀ ਨਾ ਸ਼ੇਅਰ ਕਰਿਆ ਕਰੋ ਕਿਉਂਕਿ ਬੰਦੇ ਆਪਣੇ ਤੁਹਾਨੂੰ ਪਤਾ ਹੀ ਆ ਥੋੜਾ ਜਿਹਾ ਵਹਿਮ ਕਰ ਜਾਂਦੇ ਆ ਵੀ ਕੀ ਹੋ ਰਿਹਾ ਇੰਨਾ ਕਰੋਨਾ ਕੇਸ ਕਿਉਂ ਹੋ ਰਿਹਾ ਇਹ 200 ਇਹ ਕਰੋਨਾ ਕੇਸ ਚਲੋ ਆਪਾਂ ਅੱਜ ਤੋਬਾ ਨਹੀਂ ਸ਼ੇਅਰ ਕਰਦੇ ਕਿਉਂਕਿ ਇਹ ਸਰਕਾਰ ਦਾ ਇੱਕ ਬਾਇਓ ਡਾਟਾ ਹੁੰਦਾ ਜਿਵੇਂ ਕਿਵੇਂ ਵੀ ਕਹਿ ਲਓ ਬਸ ਤੇ ਚਲੋ ਇੰਨੀ ਸੀ ਦੋਸਤੋ ਅੱਜ ਦੀ ਜਾਣਕਾਰੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਬਾਕੀ ਮਿਲਦੇ ਆਪਾਂ ਅਗਲੀ ਵੀਡੀਓ ਚ ਅਗਲੀ ਜਾਣਕਾਰੀ ਦੇ ਨਾਲ ਤਦ ਤੱਕ ਦੇਵਾ ਗਿਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੈਪੀ ਸੰਡੇ